ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਬੜਾ ਹੀ ਸੰਜੀਦਗੀ ਭਰਿਆ ਮੁੱਦਾ ਹੈ ਬੜਾ ਹੀ ਦੁਖਦਾਈਕ ਮੁੱਦਾ ਹੈ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਆਵਾਜ਼ ਆ ਜਿਹੜੀ ਇੱਕ ਤਾਂ ਲੋਕਾਂ ਦੇ ਕੰਨਾਂ ਤੱਕ ਪਹੁੰਚ ਸਕੇ ਜਿਹੜੇ ਲੋਕ ਅੱਜ ਸਰਕਾਰਾਂ ਦੀ ਵਾਹਵਾ ਕਰਨ ਲੱਗਿਆ ਥੋੜੀ-ਮੋਟੀ ਸਹੂਲਤ ਦੇ ਲਈ ਸਾਡੇ ਸਿੱਖੀ ਤੇ ਕੀਤੇ ਹੋਏ ਹਮਲਿਆਂ ਨੂੰ ਭੁੱਲ ਜਾਂਦੇ ਆ ਤੇ ਇੱਕ ਆਵਾਜ਼ ਸਰਕਾਰ ਤੱਕ ਪਹੁੰਚੇ ਕਿ ਸਰਕਾਰ ਜਿੰਨਾ ਸਿੱਖਾਂ ਨੇ ਬਣਾਈ ਸੀ ਉਹਨਾਂ ਸਿੱਖਾਂ ਦੇ ਨਾਲ ਅੱਜ ਕੀ ਭਾਣੇ ਵਾਪਰ ਰਹੇ ਨੇ ਕੀ ਭਾਣਾ ਵਰਤਾਇਆ ਜਾ ਰਿਹਾ ਇਹ ਗੱਲਾਂ ਅੱਜ ਕਰਨੀਆਂ ਨੇ ਸ਼ੇਅਰ ਕਰੀ ਚਲਿਓ ਜਰੂਰ ਸਭ ਤੋਂ ਪਹਿਲੀ ਗੱਲ ਇਹ ਦੱਸਦਾ ਮੈਂ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਸਾਥੀ ਅਸਾਮ ਦੀ ਜੇਲ੍ਹ ਵਿੱਚ ਬੰਦ ਕੀਤੇ ਹੋਏ ਨੇ ਸਭ ਤੋਂ ਪਹਿਲਾ ਮੁੱਦਾ ਤਾਂ ਇਹ ਹੈ ਕਿ ਹੋਇਆ ਕਿਹਦੇ ਕਾਰਨ ਹੈ ਜਿਹੜੇ ਲੋਕ ਤਾਂ ਇੱਥੇ ਸ਼ਰੀਆਮ ਕਤਲ ਕਰ ਰਹੇ ਨੇ ਅਲੋਰਸ ਬਸਨੋਈ ਵਰਗੇ ਜਿਨ੍ਹਾਂ ਦੀਆਂ ਜੇਲਾਂ ਚੋਂ ਇੰਟਰਵਿਊ ਆ ਰਹੀਆਂ ਨੇ ਉਹ ਤਾਂ ਇੱਥੇ ਭਾਰਤ ਦੀਆਂ ਜੇਲਾਂ ਚ ਬੰਦ ਨੇ ਜਿਹੜੇ ਲੋਕ ਸਿੱਖੀ ਦਾ ਪ੍ਰਚਾਰ ਕਰ ਰਹੇ ਸੀ ਸਿੱਖੀ ਨੂੰ ਵਡਾਵਾ ਦੇ ਰਹੇ ਸੀ ਨਸ਼ਿਆਂ ਤੋਂ ਨੌਜਵਾਨਾਂ ਨੂੰ ਹਟਾ ਕੇ ਗੁਰੂ ਦੇ ਲੜ ਰਾ ਰਹੇ ਸੀ ਉਨਾ ਨੂੰ ਸਾਡੀ ਪੰਜਾਬ ਦੀ ਸਰਕਾਰ ਨੇ ਅਸਾਮ ਡੇਗਿਆ ਹੋਇਆ। ਅਸਾਮ ਜਿੱਥਾਂ ਚ ਬੰਦ ਕੀਤੇ ਹੋਏ। ਤੇ ਉੱਥੇ ਵਾਪਰ ਕੀ ਰਿਹਾ ਹੈ? ਦੁਖਦਾਈ ਘਟਨਾ। ਸਭ ਤੋਂ ਮੰਦਭਾਗੀ ਘਟਨਾ ਕਿ ਆਟੇ ਦੇ ਵਿੱਚ ਤਮਾਕੂ ਪਾ ਕੇ ਸਾਡੇ ਸਿੱਖ ਨੌਜਵਾਨਾਂ ਨੂੰ ਦਿੱਤਿਆ ਜਾ ਰਿਹਾ ਹੈ। ਸਰਕਾਰ ਨੇ ਬਿਲਕੁਲ ਚੁੱਪੀ ਧਾਰੀ ਹੋਈ ਹੈ ਜਿਵੇਂ ਸਿੱਖ ਸਰਕਾਰ ਦੇ ਬਹੁਤ ਵੱਡੇ ਦੁਸ਼ਮਣ ਹੋਣ। ਜਿਵੇਂ ਕਿ ਸਿੱਖਾਂ ਨੇ ਕਦੇ ਕਿਸੇ ਵੀ ਸਰਕਾਰ ਨੂੰ ਵੋਟ ਹੀ ਨਾ ਪਾਈ ਹੋਵੇ ਇਹ ਹਜਾ ਵਿਵਹਾਰ ਕੀਤਾ ਜਾ ਰਿਹਾ ਸਾਡੇ ਨਾਲ ਮੋਦੀ ਦਾ ਇਨਸਾਨਾ ਸਿੱਖਾਂ ਤੇ ਐ ਤੇ ਹੁਣ ਪੰਜਾਬ ਸਰਕਾਰ ਦਾ ਇਨਸਾਨਾ ਵੀ ਸਿੱਖਾਂ ਤੇ ਐ ਪਹਿਲਾਂ ਕੀ ਹੋਇਆ ਮੈਂ ਕਈ ਵਾਰੀ ਗੱਲ ਬੋਲੀ ਕਿ 84 ਚ ਸਾਨੂੰ ਕੀ ਕੁਝ ਦਿੱਤਾ ਗਿਆ ਸਾਡੀਆਂ ਧੀਆਂ ਭਣਾਂ ਨਾਲ ਬਲਤਕਾਰ ਕੀਤੇ ਗਏ ਸਾਡੇ ਕਾਲ ਤੱਕ ਸਭ ਢਹਿ ਢੇਰੀ ਕੀਤੇ ਗਏ ਸਾਡੇ ਗੁਰੂ ਧਾਮਾਂ ਦੇ ਉੱਪਰ ਟੈਂਕ ਚਾੜੇ ਗਏ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸ਼ਹੀਦ ਕਰ ਦਿੱਤੇ ਗਏ ਉਹਨਾਂ ਦੇ ਨਾਲ ਅਨੇਕਾਂ ਬੇਦੋਸੇ ਸਿੰਘ ਮਾਰੇ ਗਏ ਤੇ ਸਾਡੇ ਪੰਜਾਬ ਦੇ ਲੋਕ ਕੀ ਕਰਦੇ ਆ ਥੋੜਾ ਟਾਈਮ ਮਹੀਨਾ ਦੋ ਮਹੀਨੇ ਯਾਦ ਰੱਖਦੇ ਆ ਤੇ ਉਸ ਤੋਂ ਤੁਰੰਤ ਬਾਅਦ ਹੀ ਕਾਂਗਰਸ ਦੀ ਸਰਕਾਰ ਬਣਾ ਦਿੰਦੇ ਆ 99 92 ਚ 90 99 92 ਦੇ ਦੌਰ ਤੱਕ ਫੇਰ ਸਾਡੇ ਤੇ ਤਸੱਦਦ ਹੁੰਦਾ ਹੈ ਫੇਰ ਸਾਡੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਏ ਜਾਂਦੇ ਆ ਫੇਰ ਸਾਨੂੰ ਨਹਿਰਾਂ ਤੇ ਲਿਜਾ ਕੇ ਮਾਰਿਆ ਜਾਂਦਾ ਹੈ ਬਹੁਤ ਕੁਝ ਹੁੰਦਾ ਸਾਡੀਆਂ ਧੀਆਂ ਪਿੰਨਾਂ ਨਾਲ ਬਲਤਕਾਰ ਦਿੱਲੀ ਦੇ ਵਿੱਚ 30000 ਸਿੱਖ ਮਾਰ ਦਿੱਤਾ ਜਾਂਦਾ ਹੈ ਸਾਡੇ ਗਲਾਂ 'ਚ ਟੈਰ ਪਾ ਦਿੱਤੇ ਜਾਂਦੇ ਆ ਤੇ ਫੇਰ ਅਸੀਂ ਦੁਬਾਰੇ ਕਾਂਗਰਸ ਦੀ ਸਰਕਾਰ ਬਣਾ ਦਿੰਨੇ ਆ ਇਨ੍ਹਾਂ ਹਮਲਿਆਂ ਤੋਂ ਬਾਅਦ ਤਿੰਨ ਬਾਰ ਤਿੰਨ ਬਾਰ ਸਾਡੇ ਹੀ ਸਿੱਖਾਂ ਨੇ ਗਾਤਰੇ ਪਾਏ ਹੋਏ ਦਾਰੇ ਪ੍ਰਕਾਸ਼ ਕਰਕੇ ਇਹਨਾਂ ਦੇ ਪੋਲਿੰਗ ਬੂਥਾਂ ਦੇ ਬੰਦੇ ਰਹੇ ਤੇ ਇਹਨਾਂ ਦੀਆਂ ਸਰਕਾਰਾਂ ਤਿੰਨ ਵਾਰ ਕਾਂਗਰਸ ਦੀ ਸਰਕਾਰ ਲਿਆਂਦੀ ਜਿਹੜੀ ਨੇ ਸਾਡੇ ਤੇ ਹਮਲਾ ਕੀਤਾ ਸੀ ਫੇਰ ਵਾਰੀ ਆਉਂਦੀ ਹੈ ਬਾਦਲਾਂ ਦੀ ਬਦਬੀ ਹੁੰਦੀ ਹੈ ਗੁਰੂਦੇਵ ਸਿੰਘ ਸ਼ਹੀਦ ਕਰ ਦਿੱਤੇ ਜਾਂਦੇ ਆ ਬਰਗਾੜੀ ਦੇ ਵਿੱਚ ਤੇ ਫੇਰ ਇੱਕੋ ਪਰਿਵਾਰ ਦੇ ਦੋ ਐਮਪੀ ਅਸੀਂ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜ ਦਿੰਦੇ ਆ ਅਸੀਂ ਸਿੱਖ ਕਦੇ-ਕਦੇ ਤਾਂ ਇਹ ਲੱਗਣ ਲੱਗ ਜਾਂਦਾ ਕਿ ਜਿੰਨਾ ਸਰਕਾਰਾਂ ਸਾਡੇ ਤਸੱਦਦ ਕਰਦੀਆਂ ਨੇ ਓਨੇ ਹੀ ਅਸੀਂ ਇਹਨਾਂ ਦੀ ਬਾਹ ਬਾ ਕਰਦੇ ਹਾਂ ਜਿੰਨਾ ਸਾਡੇ ਤੇ ਤਸੱਦਦ ਹੁੰਦਾ ਅਸੀਂ ਓਨੇ ਹੀ ਇਹਨਾਂ ਦਾ ਸਾਥ ਦਿੰਨੇ ਹਾਂ ਕਦੇ-ਕਦੇ ਤਾਂ ਇਹ ਲੱਗਦਾ ਸਰਕਾਰਾਂ ਵੀ ਸਰਕਾਰਾਂ ਨੂੰ ਵੀ ਇਹ ਹੋ ਗਿਆ ਕਿ ਕਿੰਨਾ ਇਹਨਾਂ ਸਿੱਖਾਂ ਨੂੰ ਕੁੱਟਾਂਗੇ ਕਿੰਨਾ ਇਹਨਾਂ ਦੇ ਨੌਜਵਾਨਾਂ ਨੂੰ ਜੇਲ੍ਹਾਂ ਸੱਟਾਂਗੇ ਕਿੰਨੇ ਇਹਨਾਂ ਤੇ ਹਮਲੇ ਕਰਾਂਗੇ ਕਿੰਨੇ ਅਕਾਲ ਤਖਸਾਲ ਤਖਸਾਲ ਨਾਲ ਟੱਕਰ ਲਾਵਾਂਗੇ ਇਹ ਓਨੇ ਹੀ ਸਾਡੀ ਬਾਹ ਬਾ ਕਰਨਗੇ ਕਿਉਂਕਿ ਆ ਸਾਡੇ ਚੋਂ ਅਣਖਾਂ ਗੈਰਤਾ ਤਾਂ ਖਤਮ ਹੋ ਚੁੱਕੀਆਂ ਨੇ ਅਸੀਂ ਭਖਾਰੀ ਬਣ ਚੁੱਕੇ ਹਾਂ ਆ 2 ਮਹੀਨੇ ਪਹਿਲਾਂ ਦਾ ਹਮਲਾ ਅਸੀਂ ਭੁੱਲ ਚੁੱਕੇ ਹਾਂ ਪਹਿਲਾਂ ਕਾਲੀਆਂ ਤੇ ਮੈਂ ਕਾਂਗਰਸ ਦਾ ਦੱਸਿਆ ਤੇ ਜਿਹੜੇ ਹੁਣ ਇਨਕਲਾਬੀ ਐ ਇਹਨਾਂ ਨੇ ਸਾਡੇ ਤੇ ਹਮਲਾ ਕੀਤਾ ਨੌਜਵਾਨ ਸਾਡੇ ਅਸਾਮ ਇਹਨਾਂ ਦੀ ਕਿਰਪਾ ਕਰਕੇ ਬੈਠੇ ਐ ਤੇ ਅਸੀਂ ਭੁੱਲ ਕਿਹਦੇ ਕਰਕੇ ਗਏ ਆ 2 ਘੰਟੇ ਲੇਟ ਵੱਧ ਦੇਤੀ ਹਮਲੇ ਭੁੱਲ ਗਏ ਆ ਤੇ ਅੱਜ ਉਹਨਾਂ ਨੌਜਵਾਨਾਂ ਨਾਲ ਹੋ ਕੀ ਰਿਹਾ ਬਾਈ ਜੀ ਅੱਜ ਉਹਨਾਂ ਨੌਜਵਾਨਾਂ ਨੂੰ ਤਮਾਕੂ ਦਿੱਤਾ ਜਾ ਰਿਹਾ ਹੈ ਆਟੇ ਦੇ ਵਿੱਚ ਮਿਲਾ ਕੇ ਜਿਹੜੀ ਕਿ ਦੁਖਦਾਇਕ ਘਟਨਾ ਹੈ ਬਹੁਤ ਜਿਆਦੇ ਵੱਡੀ ਤਮਾਕੂ ਦੇ ਵਿੱਚ ਦੀ ਕਹਦੇ ਹੁੰਦੇ ਆ ਕਿ ਗੁਰੂ ਗੋਬਿੰਦ ਸਿੰਘ ਦਾ ਘੋੜਾ ਤੱਕ ਨਹੀਂ ਲੰਘਿਆ ਸੀ ਸਿੱਖਾਂ ਦੀ ਇੰਨੀ ਦੂਰੀ ਹੈ ਤਮਾਕੂ ਤੋਂ ਪਰ ਅੱਜ ਸਾਡੇ ਨੌਜਵਾਨਾਂ ਨੂੰ ਧੋਖੇ ਨਾਲ ਜੇਲ੍ਹਾਂ ਵਿੱਚ ਤਮਾਕੂ ਦਿੱਤਾ ਜਾ ਰਿਹਾ ਹੈ ਸਾਡੀ ਤਰਾਸ ਦੀ ਕੀ ਕਰ ਦਿੱਤੀ ਹੈ ਸਰਕਾਰਾਂ ਨੇ ਤੇ ਅਸੀਂ ਅਸੀਂ ਫੇਰ ਯਾਰ ਇਹਨਾਂ ਦੀ ਫੋਕੇ ਬਾਹ ਬਾਹ ਕਰਨ ਦੇ ਲੱਗ ਜਾਨੇ ਆ ਯਾਰ ਸਹੂਲਤਾ ਦੇਣਾ ਸਰਕਾਰ ਦਾ ਫਰਜ਼ ਹੁੰਦਾ ਹੈ ਹੋਰ ਅਸੀਂ ਸਰਕਾਰਾਂ ਬਣਾਉਂਦੇ ਕਾਦੇ ਲਈ ਹੁੰਨੇ ਆ ਪਰ ਉਹ ਸਹੂਲਤਾ ਇਹ ਵੀ ਧਿਆਨ ਮਾਰ ਲਿਆ ਕਰੋ ਪੰਜਾਬ ਦੇ ਲੋਕੋ ਪਹਿਲਾਂ ਇਹੀ ਸਹੂਲਤ ਸਾਨੂੰ ਬਾਦਲਾਂ ਨੇ ਦਿੱਤੀ ਸੀ ਬਿਜਲੀ ਫ੍ਰੀ ਕੀਤੀ ਸੀ ਤੇ ਬਿਜਲੀ ਫ੍ਰੀ ਦਾ ਕਿੱਡਾ ਵੱਡਾ ਨੁਕਸਾਨ ਅਸੀਂ ਅੱਜ ਚੱਲ ਰਹੇ ਆ ਪਾਣੀ ਸਾਡੇ ਕੋਲੇ 10-12 ਸਾਲਾਂ ਦਾ ਬਚਿਆ ਹੁਣ ਸਾਨੂੰ ਬਿਜਲੀ ਵੱਧ ਮਿਲਣ ਲੱਗੀ ਤੇ ਉਹ ਅਸੀਂ ਪਾਣੀ ਪੰਜ ਸੱਤ ਸਾਲਾਂ ਚ ਮਕਾ ਦੇਣਾ ਅੱਜ ਤਾਂ ਅਸੀਂ ਬੜੇ ਚੌੜੇ ਹੋ ਹੋ ਕੇ ਕਹਿਣਿਆ ਵੀ ਆਇਆ ਆ ਗਿਆ ਜੀ ਵਾਹ ਕਰਤਾ ਜੀ ਨਿਆਰਾ ਹੀ ਦਿੱਤਾ ਜੀ ਉਹ ਭੋਲੇ ਲੋਕੋ ਤੁਸੀਂ ਸੋਚੋ ਕਿ ਤੁਹਾਡਾ ਪਾਣੀ ਦਾ ਲੈਵਲ ਕਿੱਥੇ ਵਗ ਗਿਆ ਇਹ ਕਿਉਂ ਨਹੀਂ ਤੁਸੀਂ ਸਰਕਾਰਾਂ ਤੋਂ ਮੰਗ ਕਰਦੇ ਕਿ ਸਾਨੂੰ ਸਾਡੀ ਸਿੱਖੀ ਪਿਆਰੀ ਹੈ ਸਾਨੂੰ ਭਾਵੇਂ 8 ਘੰਟੀ ਲਾਈਟ ਦੇ ਦਿਓ ਪਰ ਜਿਹੜੇ ਸਾਡੇ ਸਿੱਖ ਅਸਾਮ ਜੇਲਾਂ ਦੇ ਵਿੱਚ ਬੰਦ ਕੀਤੇ ਹੋਇਆ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ ਉਹਨਾਂ ਦੀ ਰਿਹਾਈ ਕਰ ਦਿੱਤੀ ਜਾਵੇ ਐਨਐਸਏ ਤੋੜ ਦਿੱਤਾ ਜਾਵੇ ਉਹਨਾਂ ਨੂੰ ਆਟੇ ਜੀ ਤਮਾਕੂ ਨਾ ਦਿੱਤਾ ਜਾਵੇ ਇਹ ਕਦੇ ਮੰਗ ਕੀਤੀ ਹੈ ਕਦੇ ਵੀ ਨਹੀਂ ਕੀਤੀ ਹੋਣੀ ਅਸੀਂ ਤਾਂ ਯਾਰ ਇੰਨੇ ਖੁਦਗਰਜ਼ ਹੋ ਗਏ ਆ ਕਿ ਅਸੀਂ ਸਿੱਖੀ ਨੂੰ ਭੁੱਲ ਗਿਆਂਗੇ ਅਸੀਂ ਸਿੱਖੀ ਦੀ ਗੱਲ ਹੀ ਛੜ ਦਿੱਤੀ ਪਹਿਲਾਂ ਅਸੀਂ ਬੜੇ ਕੂਕਦੇ ਹੁੰਦੇ ਸੀ ਅਸੀਂ ਆਏ ਆ ਜੀ ਅਸੀਂ ਆਏ ਆ ਜੀ ਕਾਂਗਰਸ ਨੇ ਸਾਡੇ ਨਾਲ ਐਂ ਕਰਤਾ ਜੀ ਕਾਲੀਆਂ ਨੇ ਐ ਕਰਤਾ ਜੀ ਲੋਕ ਕਵੇਂ ਇਹਨਾਂ ਦੇ ਮਗਰ ਲੱਗੇ ਫਿਰਦੇ ਆ ਜੀ ਇਹ ਭਗਤ ਨੇ ਜੀ ਇਹ ਚਮਚੇ ਨੇ ਜੀ ਇਹ ਚੱਪਲ ਚੱਟ ਨੇ ਜੀ ਅਸੀਂ ਲੋਕ ਹੀ ਤੇ ਅੱਜ ਅਸੀਂ ਕੀ ਆ ਬਈ ਜੇ ਹਮਲਾ ਨਹੀਂ ਕੀਤਾ ਤਾਂ ਦੱਸੋ ਸਾਡੇ ਅਸਾਮ ਦੇ ਵਿੱਚ ਮੁੰਡੇ ਕਿਉਂ ਭੇਜਿਆ ਇੱਥੇ ਲੋਰ ਸਰਗੇ ਤਾਂ ਭਾਰਤੀਆਂ ਜੇਲਾ ਚ ਨੇ ਮੈਂ ਮੋਦੀ ਨੂੰ ਵੀ ਇਹ ਸਵਾਲ ਕਰਦਾ ਕਿ ਇੱਥੇ ਗੈਂਗਸਟਰ ਜਿਨ੍ਹਾਂ ਨੇ ਸਰਿਆਮ ਕਤਲ ਕੀਤੇ ਆ ਉਹ ਜਾਂ ਕੁਝ ਪੰਜਾਬ ਦੇ ਜੇਲ੍ਹਾਂ ਚ ਨੇ ਜਾਂ ਕੁਝ ਭਾਰਤ ਦੇ ਜੇਲ੍ਹਾਂ ਚ ਬਾਕੀ ਹੋਰ ਸੂਰਗਨੀਆਂ ਕੱਲੇ ਸਿੱਖ ਹੀ ਕਿਉਂ ਅਸਾਮ ਦੀਆਂ ਜੇਲ੍ਹਾਂ ਵਿੱਚ ਬੰਦ ਕੀਤੇ ਐ ਸਾਡੇ ਨਾਲ ਦੁਸ਼ਮਣੀ ਕੀ ਐ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਵਿੱਚ ਕਿੱਡਾ ਵੱਡਾ ਸਾਡਾ ਸਹਿਯੋਗ ਐ 90% ਸਾਡੀਆਂ ਕੁਰਬਾਨੀਆਂ ਨੇ ਕੀ ਅਸੀਂ ਇੰਨੇ ਬੁਰੇ ਕਿਉਂ ਲੱਗਣ ਲੱਗ ਗਏ ਕਿ ਸਾਨੂੰ ਜੇਲ੍ਹਾਂ ਦੇ ਵਿੱਚ ਵੀ ਸਾਡੇ ਧਰਮ ਤੋਂ ਦੂਰ ਕੀਤਾ ਜਾ ਰਿਹਾ ਹੈ ਹਜੇ ਤਾਂ ਇਹ ਕਾਨੂੰਨ ਬਣਾ ਰਹੇ ਨੇ ਤੇ ਆ ਕੇਜਰੀ ਵਾਲ ਉਹਦੀ ਹਾਮੀ ਭਰ ਰਿਹਾ ਹੈ ਹਜੇ ਤਾਂ ਉਹ ਨਹੀਂ ਅਸੀਂ ਕਿਸੇ ਨੂੰ ਪਤਾ ਲੱਗਿਆ ਇਹ ਇੱਕੋ ਰੰਗ ਚ ਰੰਗਣਾ ਚਾਹੁੰਦੇ ਆ ਮੋਦੀ ਸਰਕਾਰ ਪਰ ਸਾਡੇ ਚੁਣੇ ਹੋਏ 92 ਦੇ ਵਿੱਚੋਂ ਇੱਕ ਵੀ ਕਿਸ ਦਾ ਬਿਆਨ ਨਹੀਂ ਆ ਕਿ ਅਸੀਂ ਇਹਦਾ ਬ੍ਰੋਧ ਕਰਦੇ ਆ ਜਿਹੜੇ ਇਹ ਕਾਨੂੰਨ ਲੈ ਕੇ ਆ ਰਹੇ ਨੇ ਕਰਨਾ ਤਾਂ ਸੀ ਸਿੱਖ ਆਨੰਦ ਐਕਟ ਪਾਸ ਕਰਨਾ ਸੀ ਤੇ ਕਰ ਉਹ ਕੀ ਰਹੇ ਨੇ ਇਹਦੇ ਵਿੱਚ ਸਾਰਿਆਂ ਨੂੰ ਇੱਕੋ ਕਾਨੂੰਨ ਦੇ ਵਿੱਚ ਥੋਪ ਰਹੇ ਨੇ ਹੌਲੀ ਹੌਲੀ ਸਾਡੀ ਨਬਜ ਪੜ ਰਹੇ ਨੇ ਟੀਕੇ ਲਾ ਲਾ ਕੇ ਦੇਖ ਰਹੇ ਨੇ ਸੈਂਟਰ ਸਰਕਾਰ ਵਾਲੇ ਮੋਦੀ ਸਰਕਾਰ ਵਾਲੇ ਤੇ ਅੱਜ ਸਾਡੀ ਸਰਕਾਰ ਸੁੱਤੀ ਪਈ ਐ ਏ ایس ਆਰ ਦੇ ਵਿੱਚ ਕੀ ਅਸੀਂ ਲਾਈਟ ਫ੍ਰੀ ਦਿੱਤੀ ਜੀ ਆਪਦੇ ਬੰਦਿਆਂ ਤੋਂ ਵੀਡੀਓ ਪਾਈਆਂ ਜਾ ਰਹੀਆਂ ਨੇ ਅਸੀਂ ਐ ਕਰਤਾ ਜੀ ਅਸੀਂ ਆ ਜੋਗਸਾਲਾ ਕਰਤੀ ਜੀ ਆਹ ਪੋਸਟਰ ਲਾਤੇ ਜੀ ਆਹ ਫਲਾਣਾ ਕਰਤਾ ਜੀ ਉਸ ਆਰ ਦੇ ਵਿੱਚ ਸਾਡਾ ਪਾਣੀ ਵੀ ਦਿੱਤਾ ਜਾ ਰਿਹਾ ਦੂਜੀ ਸੂਬਿਆਂ ਨੂੰ ਉਸ ਆਰ ਦੇ ਵਿੱਚ ਇਹ ਕਾਨੂੰਨ ਵੀ ਨਵੇਂ ਲੈ ਕੇ ਆ ਰਹੇ ਨੇ ਮੋਦੀ ਤੇ ਜਿਹਦੀ ਹਾਮੀ ਆ ਸੰਦੀਪ ਪਾਠ ਕਰਕੇ ਭਰ ਚੁੱਕਾ ਜਿਹੜੇ ਲੋਕ ਸਭਾ ਦੇ ਮੈਂਬਰ ਚੁਣੇ ਆ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਕਿ ਬਈ ਯਾਦ ਕਿਉਂ ਨਹੀਂ ਰੱਖਦੇ ਆਮ ਆਦਮੀ ਦੀ ਸਰਕਾਰ ਆਉਂਦੀ ਆ ਸਭ ਤੋਂ ਪਹਿਲਾਂ ਦਿੱਲੀ ਵਾਲੇ ਬੰਦੇ ਲੋਕ ਸਭਾ ਦੇ ਮੈਂਬਰ ਚੋਂ ਦਿੱਤੇ ਜਾਂਦੇ ਆ ਕੀ ਗੱਲ ਪੰਜਾਬ ਦੇ ਵਿੱਚ ਕੋਈ ਬੰਦਾ ਵਧੀਆ ਨਹੀਂ ਸੀ ਫੇਰ ਸਿੱਖੀ ਤੇ ਹਮਲਾ ਕਰ ਦਿੱਤਾ ਜਾਂਦਾ ਫੇਰ ਸਾਡਾ ਪਾਣੀ ਰਾਜਸਥਾਨ ਨਾਲ ਸੰਧੀ ਹੋ ਜਾਂਦੀ ਹੈ ਉੱਥੇ ਵੋਟਾਂ ਲੈਣ ਦੀ ਖਾਤਰ ਸਾਡੇ ਪਾਣੀ ਦੀ ਸੌਦੇ ਕੀਤੇ ਜਾਂਦੇ ਆ ਸਾਡੇ ਹੱਕ ਵੇਚੇ ਜਾ ਰਹੇ ਆ ਜਿਵੇਂ ਬਾਦਲ ਹੱਕ ਵੇਚਦੇ ਸਜੂਮੀ ਇਹ ਲੱਗੇ ਆ ਤੇ ਅੱਜ ਸਰਕਾਰ ਦੇ ਨਮਾਇंदे ਨੇ ਕਿਸੇ ਨੇ ਕਿਉਂ ਨਹੀਂ ਇਹ ਕਿ ਹਾਂ ਕੀ ਸਾਡੇ ਨੌਜਵਾਨਾਂ ਨੂੰ ਤਮਾਕੂ ਦਿੱਤਾ ਜਾ ਰਿਹਾ ਹੈ ਮੰਦ ਭਾਗੀ ਘਟਨਾ ਹੈ ਕਿਉਂ ਨਹੀਂ ਬੁੜਕੇ ਅੱਜ ਭਗਵੰਤ ਮਾਨ ਕਿਉਂ ਨਹੀਂ ਅੱਜ ਮੋਦੀ ਨੇ ਅੱਖਾਂ ਚੱਖਾਂ ਪਾ ਕੇ ਕਿਹਾ ਕਿ ਅਸੀਂ ਸਿੱਖਾਂ ਸਿੱਖਾਂ ਦੇ ਨੌਜਵਾਨਾਂ ਨਾਲ ਤੁਸੀਂ ਧੱਕਾ ਕਰ ਰਹੇ ਹੋ ਪਰ ਬੋਲੋਗੇ ਕਿਵੇਂ ਬਈ ਤੁਹਾਡੇ ਕਰਕੇ ਤਾਂ ਉਹ ਆਸਾਮ ਬੈਠੇ ਆ ਇਸ ਕਰਕੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਕਿ ਬਾਈ ਬਚਾ ਲੋ ਸਿੱਖੀ ਨੂੰ ਜੇ ਬਚਾ ਹੁੰਦਾ ਆ ਛੋਟੀਆਂ ਮੋਟੀਆਂ ਸਹੂਲਤਾਂ ਵਿੱਚ ਨਾ ਪੋਏ ਦੀ ਆੜ ਦੇ ਵਿੱਚ ਸਾਡੇ ਨਾਲ ਬਹੁਤ ਕੁਝ ਕੀਤਾ ਜਾ ਰਿਹਾ ਬਹੁਤ ਨੁਕਸਾਨ ਸਾਨੂੰ ਚੱਲਣਾ ਪਿਆ ਆਉਣ ਵਾਲੇ ਟਾਈਮ ਦੇ ਵਿੱਚ ਬਾਕੀ ਮਰਜ਼ੀ ਤੁਹਾਡੀ ਆ ਬਾਈ ਕਿਉਂਕਿ ਪਹਿਲਾਂ ਵੀ ਤਾਂ ਅਸੀਂ ਕਾਂਗਰਸ ਬਣਾਈ ਐ ਤਿੰਨ ਵਾਰ ਹਮਲੇ ਤੋਂ ਬਾਅਦ ਕੀ ਕੁਝ ਕੀਤਾ ਗਲਾਂ 'ਚ ਤੈਰ ਪਵਾ ਕੇ ਅਸੀਂ ਫੇਰ ਕਾਂਗਰਸ ਨੂੰ ਵੋਟਾਂ ਪਾਈਆਂ ਗੁਰੂ ਜੀ ਅਸੀਂ ਤਾਂ ਗੁਰੂ ਦੀ ਬਦਬੀ ਕਰਨ ਵਾਲਿਆਂ ਨੂੰ ਐਮਪੀ ਬਣਾਤਾ ਯਾਰ ਚਿੱਟੇ ਨਾਲ ਮਾਮਾ ਦੇ ਪੁੱਤ ਮਾਰਨ ਵਾਲਿਆਂ ਨੂੰ ਐਮਐਲਏ ਬਣਾਤਾ ਯਾਰ ਮਜੀਠੀਏ ਦੇ ਪਰਿਵਾਰ ਨੂੰ ਤੇ ਘਰ ਵਾਲੀ ਨੂੰ ਜਿਤਾਤਾ ਪਤਾ ਨਹੀਂ ਕਿੰਨਿਆਂ ਕ ਮਾਮਾ ਦੇ ਪੁੱਤ ਮਾਰੇ ਹੋਣਗੇ ਇਹਨਾਂ ਲੋਕਾਂ ਨੇ ਤੇ ਯਾਰ ਕਦੇ ਕੋਈ ਕਹਿੰਦਾ ਹੁੰਦਾ ਸੀ ਪੰਜਾਬੀ ਅਣਖੀ ਹੈ ਪੰਜਾਬ ਦੇ ਲੋਕਾਂ 'ਚ ਅਣਖ ਹੈ ਮੈਂ ਕਹਣਾ ਬਈ ਸਾਡੇ 'ਚ ਅਣਖ ਬਿਲਕੁਲ ਵੀ ਨਹੀਂ ਰਹੀ ਅਸੀਂ ਫੋਕੀਆਂ ਚੌਧਰਾ ਫੋਕੇ ਲਾਲਚ ਫੋਕੇ ਅਹੁਦਿਆਂ ਦੀ ਖਾਤਰ ਅਸੀਂ ਸਭ ਕੁਝ ਪਿੱਛੇ ਛੜਤਾ ਤੇ ਅਸੀਂ ਇਹਨਾਂ ਦੀ ਚਮਚਾਗਰੀ ਕਰਨ ਲੱਗੇ ਹੋਏ ਆਂ ਸਿੱਖੀ ਨੂੰ ਤਾਂ ਬਖਸ ਲੋ ਯਾਰ ਹੋਰ ਤਾਂ ਗੱਲਾਂ ਛੱਡੋ ਜਿਹੜੇ ਸਿੱਖੀ ਤੇ ਹਮਲੇ ਹੋਏ ਨੇ ਉਹ ਤਾਂ ਘੱਟੋ ਘੱਟ ਬੋਲਦਿਆ ਕਰੋ ਉੱਥੇ ਤਾਂ ਹਾਂ ਦਾ ਨਾਰਾ ਮਾਰਦਿਆ ਕਰੋ ਵੀ ਇਹਨਾਂ ਨੇ ਗਲਤ ਕੀਤਾ ਅੱਜ ਤਾਂ ਆਮ ਆਦਮੀ ਪਾਰਟੀ ਵਾਲੇ ਭਰਾ ਬੋਲਦੇ ਨੇ ਕਿ ਇਹ ਜਿਹੜਾ ਤਮਾਕੂ ਦਿੱਤਾ ਜਾ ਰਿਹਾ ਇਹ ਤੱਕਾ ਕੀਤਾ ਜਾ ਰਿਹਾ ਭਵੰਤਮਾਨ ਨੂੰ ਬੋਲਣਾ ਚਾਹੀਦਾ ਹੈ ਮੁੱਖ ਮੰਤਰੀ ਹੈ ਅਸਲ ਦੇ ਵਿੱਚ ਤਾਂ ਐਡਾ ਕੋਈ ਜੁਰਮ ਨਹੀਂ ਕੀਤਾ ਜਿਹੜੇ ਸਾਡੇ ਮੁੰਡੇ ਸਾਮ ਜੇਲ੍ਹ ਦੇ ਵਿੱਚ ਬੰਦ ਕੀਤੇ ਹੋਏ ਆ ਉਹਨਾਂ ਨੂੰ ਪੰਜਾਬ ਦੇ ਜਾਂ ਜੇਲਾਂ ਚ ਕਿਉਂ ਨਹੀਂ ਲੈ ਆਤਾ ਜਾਂਦਾ ਜੇਲਾਂ ਚ ਰੱਖਣਾ ਪੰਜਾਬ ਦੀਆਂ ਚ ਰੱਖ ਲਓ ਯਾਰ ਐਡੇ ਕਿੱਡੇ ਕਸੀਂ ਦੁਸ਼ਮਣ ਹੋ ਗਏ ਆ ਯਾਰ ਤੁਹਾਡੇ ਸਰਕਾਰਾਂ ਦੇ ਐਡੀ ਕਿੰਨੀ ਤੁਹਾਨੂੰ ਸਿੱਖੀ ਬੁਰੀ ਲੱਗਣ ਲੱਗੀ ਐ ਜਿਹਦੇ ਕਰਕੇ ਸਾਨੂੰ ਆਤਰਾਸ ਦੀ ਲਿਆਤੀ ਕਿ ਤਮਾਕੂ ਖਾਣ ਲਈ ਮਜਬੂਰ ਕਰ ਦਿੱਤਾ ਐ ਕਿਹਦੀ ਦੇਣ ਐ ਬਾਈ ਪੰਜਾਬੀਓ ਦੱਸਿਓ ਗੱਲ ਇਹ ਜਰੂਰ ਇਹ ਕਿਹਦੀ ਦੇਣ ਐ ਰੱਤ ਮਾਕੂਅ ਜ ਸਾਡੇ ਨੌਜਵਾਨਾਂ ਨੂੰ ਦਿੱਤਾ ਜਾ ਰਿਹਾ ਹੈ ਇਹ ਮੌਜੂਦਾ ਸਰਕਾਰ ਦੀ ਦੇਣ ਹੈ ਮੋਦੀ ਨਾਲ ਰਲ ਕੇ ਮੌਜੂਦਾ ਸਰਕਾਰ ਨੇ ਸਿੱਖੀ ਤੇ ਹਮਲਾ ਕੀਤਾ ਕੀ ਕੀ ਕੁਝ ਵਿਢਿਆ ਗਿਆ ਕੀ ਕੁਝ ਵਿਢਿਆ ਗਿਆ ਮਰਤਪਾਲ ਨੂੰ ਫੜਨ ਦੇ ਲਈ ਕੀ ਕੁਝ ਪਲਾਨ ਤਿਆਰ ਕੀਤੇ ਗਏ ਤੇ ਕਿਵੇਂ ਫਿਰ ਉਹਨੂੰ ਫੜ ਕੇ ਉਹਦੇ ਕਰਦਾਰਕੋਸੀ ਕੀਤੀ ਗਈ ਤੇ ਫਿਰ ਜਾ ਕੇ ਡਿਬਰੂਗੜ ਅਸਾਮ ਦੀਆਂ ਜੇਲ੍ਹਾਂ ਚ ਉਹਨਾਂ ਨੂੰ ਕੈਦ ਕਰਤਾ ਤੇ ਹੁਣ ਕੈਦ ਕਰਨ ਤੋਂ ਬਾਅਦ ਉਹਨਾਂ ਨੂੰ ਆਟੇ 'ਚ ਤਮਾਕੂ ਦਿੱਤਾ ਜਾ ਰਿਹਾ ਹੈ ਅੱਜ ਤਮਾਕੂ ਦਿੱਤਾ ਜਾ ਰਿਹਾ ਹੈ ਕੱਲ ਨੂੰ ਉਹਨਾਂ ਨੂੰ ਗੋਲੀਆਂ ਕੁੱਟ ਕੇ ਉਹਨਾਂ ਨੂੰ ਪਾਗਲ ਵੀ ਬਣਾਇਆ ਜਾ ਸਕਦਾ ਹੈ ਜੇ ਅਸਾਮ ਦੀਆਂ ਜੇਲ੍ਹਾਂ 'ਚ ਸਾਨੂੰ ਭੇਜ ਹੀ ਦਿੱਤਾ ਹੈ ਉੱਥੇ ਕੈਦਕਾਰੀ ਦਿੱਤੀ ਹੈ ਕਟੋ-ਕਟ ਗੌਰਤਾ ਕਰ ਲਓ ਜਾਂ ਫਿਰ ਪੱਗਾਂ 'ਚ ਸਿਰ ਕਿਉਂ ਫਸਾਏ ਨੇ ਆ ਦਾੜੇ ਪ੍ਰਕਾਸ਼ ਕਿਉਂ ਕੀਤੇ ਹੈ ਮੈਂ ਸੰਧਵੇਰਗਿਆਂ ਨੂੰ ਬੇਨਤੀ ਕਰਦਾ वैसे ਤਾਂ ਬੇਨਤੀ ਕਰਨ ਦਾ ਕੋਈ ਫਰਕ ਹੀ ਨਹੀਂ ਪੈਂਦਾ ਕਿਉਂਕਿ ਸੰਧਮਾ ਤਾਂ ਉਹ ਕਲਤਾਰ ਸੰਧਮਾ ਤਾਂ ਉਹ ਆ ਜਿਹੜਾ ਬਰਗਾੜੀ ਚ ਗੁਰੂ ਗ੍ਰੰਥ ਸਾਹਿਬ ਜੀ ਸੌ ਝੁੱਠੀ ਖਾਇਆ ਸੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਦਾ ਕੋਈ ਗੁਰੂ ਨਹੀਂ ਇਹਨਾਂ ਦਾ ਕੋਈ ਧਰਮ ਨਹੀਂ ਜਾਂ ਜਿਹੜੇ ਲੀਡਰ ਹੈ ਸਾਡੇ ਭਾਵੇਂ ਉਹ ਕਾਂਗਰਸ ਦੇ ਹੋਣ ਭਾਵੇਂ ਬਾਦਲਦਾਲ ਦੇ ਹੋਣ ਭਾਵੇਂ ਅੱਜ ਵਾਲੇ ਹੋਣ ਇਹਨਾਂ ਨੇ ਸਿਰਫ ਰਾਜਨੀਤੀਆਂ ਕਰਨੀਆਂ ਨੇ ਪੰਜਾਬ ਦਾ ਖਾਣਾ ਪੰਜਾਬ ਨੂੰ ਲੁੱਟ ਕੇ ਦੇ ਹੱਕ ਵੇਚਣੇ ਐ ਤੇ ਫੋਕੀ ਬਾਵਾ ਕਰਨੀਆਂ ਸਾਡੇ ਲੋਕਾਂ ਨੇ ਸਾਡੇ ਲੋਕਾਂ ਨੂੰ ਥੋੜੀ-ਮੋਟੀ ਸਹੂਲਤ ਦੇ ਤੇ ਕੰਮ ਪਾਰ ਐ ਅਗਲੇ ਫੇਰ ਸਿੱਖੀ ਤੇ ਹਮਲਾ ਕਰਨ ਲਈ ਤਿਆਰ ਹੋ ਜਾਂਦੇ ਆ ਵੀ ਇਹ ਲੋਕ ਭੁੱਲ ਗਏ ਨੇ ਕਿਉਂਕਿ ਅਸੀਂ 70 ਦੇ ਯਾਰ ਹੋ ਗਏ ਆ ਅਸੀਂ 70 ਖਾ ਕੇ ਉਹਨਾਂ ਨੂੰ ਵੋਟਾਂ ਪਾਉਣਿਆਂ ਉਹਨਾਂ ਨੂੰ ਲੀਡਰ ਬਣਾਉਣਿਆਂ ਉਹਨਾਂ ਨੇ ਚੱਪਲਾਂ ਚੜ੍ਹਦੇ ਆ ਜਿਹੜੇ ਸਾਡੀ ਸਿੱਖੀ ਤੇ ਹਮਲਾ ਕਰਦੇ ਆ ਜੇ ਗੱਲ ਝੂਠ ਹੈ ਬਾਈ ਤਾਂ ਦੱਸੋ ਕਾਂਗਰਸ ਨੂੰ ਜਿਤਾਇਆ ਜਾਂ ਨਹੀਂ ਜਿਤਾਇਆ ਤਿੰਨ ਵਾਰ ਬਾਦਲਾਂ ਨੂੰ ਐਮਪੀ ਬਣਾਇਆ ਜਾਂ ਨਹੀਂ ਬਣਾਇਆ ਬੇਅਦਬੀ ਤੋਂ ਬਾਅਦ ਆਮ ਆਦਮੀ ਪਾਰਟੀ ਰਜਿੰਦਰ ਤੋਂ ਜਿਤਾਇਆ ਜਾਂ ਨਹੀਂ ਜਿਤਾਇਆ ਸਿੱਖੀ ਤੇ ਹਮਲੇ ਤੋਂ ਬਾਅਦ ਨੌਜਵਾਨਾਂ ਨੂੰ ਅਸਾਮ ਭੇਜਣ ਤੋਂ ਬਾਅਦ ਜੇ ਇੱਕ ਵੀ ਗੱਲ ਝੂਠਾ ਤਾਂ ਦੱਸ ਦਿਓ ਬਾਈ ਇਸ ਕਰਕੇ ਬੇਨਤੀ ਹੈ ਕਿ ਆਓ ਆਪਾਂ ਇਕੱਠੇ ਹੋ ਕੇ ਜਿਹੜੀ ਇਹ ਮੰਤ ਭਾਗੀ ਘਟਨਾ ਹੈ ਇਹਦਾ ਮੁੱਦਾ ਮੁੱਦਾ ਠਾਈਏ ਤਾਂ ਜੋ ਸਾਡੇ ਜਿਹੜੇ ਨੌਜਵਾਨੇ ਭੁੱਖ ਹੜਤਾਲ ਤੇ ਬੈਠੇ ਆ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੀ ਪਤਨੀ ਨੇ ਇਹ ਗੱਲ ਆ ਕੇ ਦੱਸੀ ਹੈ ਕਿ ਉਹਨਾਂ ਨੇ ਭੁੱਖ ਹੜਤਾਲ ਕੀਤੀ ਹੋਈ ਹੈ। ਦਬਾਅ ਪਾਇਆ ਜਾਵੇ ਇਸ ਬਿਸੇ ਦੀ ਜਾਂਚ ਕੀਤੀ ਜਾਵੇ ਕਿ ਤਮਾਕੂ ਕਿਉਂ ਪਾਇਆ ਜਾ ਰਿਹਾ ਹੈ। ਭਗਵੰਤ ਮਾਨ ਸਾਹਿਬ ਹੁਣ ਜਾਂਚ ਖੁਦ ਕਰਾਓ। ਜੇ ਸਰਕਾਰ ਨਹੀਂ ਕੁਝ ਕਰਦੀ ਤਾਂ ਸ਼੍ਰੋਮਣੀ ਕਮੇਟੀ ਸਾਡੀ ਸਭ ਤੋਂ ਵੱਡੀ ਸਿਰਮੌਰ ਸੰਸਥਾ ਜਿਹੜੀ ਅੱਜ ਪੀਟੀਸੀ ਤੇ ਬਾਦਲਾਂ ਦੀ ਦਲਾਲੀ ਕਰਨ ਲੱਗੀ ਹੋਈ ਹੈ। ਮੈਂ ਕਹਿਣਾ ਧਾਮੀ ਨੂੰ ਕਿ ਧਾਮੀ ਸਾਹਿਬ ਜੇ ਜੁਰਤ ਹੈ ਜਿਗਰ ਹੈ ਆ ਫਿਰ ਛੱਡ ਕੇ ਆ ਆ ਬਾਦਲ ਦਲੀਆਂ ਦਾ ਖਿਹੜਾ ਤੇ ਛੱਡ ਕੇ ਆ ਪੀਟੀਸੀ ਦਾ ਦਬਾਅ ਲੜੋ ਆਪਣੀ ਕੌਮ ਪਿੱਛੇ ਜਿਹੜੇ ਗੁਰੂ ਦਾ ਘੋੜਾ ਨਹੀਂ ਤਮਾਕੂ ਵਿਜਦੀ ਨੰਘਿਆ ਸੀ ਅੱਜ ਉਹਨਾਂ ਸਿੱਖਾਂ ਨੂੰ ਤਮਾਕੂ ਦਿੱਤਾ ਜਾ ਰਿਹਾ ਹੈ ਜਿਹੜੇ ਗੁਰੂ ਦਾ ਕਦੇ ਘੋੜਾ ਨਹੀਂ ਨੰਘਿਆ ਸੀ ਇਹ ਇਤਰਾਸ ਦੀ ਕਰ ਦਿੱਤੀ ਹੈ ਸਾਡੀ ਤੇ ਤੁਸੀਂ ਉਲਝੇ ਰਹੋ ਆ 10 ਘੰਟੇ ਲੇਟ ਆ ਗਈ ਜੀ 12 ਘੰਟੇ ਆ ਗਈ ਜੀ 14 ਘੰਟੇ ਆ ਗਈ ਜੀ ਉਲਝੇ ਰਹੋ ਅਗਲਿਆਂ ਨੇ ਖੇਤਰ ਫੇਰਨੇ ਆ ਅਗਲਿਆਂ ਨੇ ਸਿੱਖੀ ਖਤਮ ਕਰਨ ਤੇ ਲੱਗੇ ਹੋਏ ਉਹ ਕਰ ਰਹੇ ਨੇ ਤੇ ਤੁਸੀਂ ਵਾਹ ਵਾਹ ਕਰੋ ਸਰਕਾਰ ਦੀ ਵੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਕਦੋਂ ਆਪਾਂ ਇਕੱਠੇ ਹੋਵਾਂਗੇ ਕਦੋਂ ਆਪਾਂ ਲੜਾਂਗੇ ਕਿਉਂਕਿ ਅਸੀਂ ਤਾਂ ਪਾਰਟੀਆਂ ਧੜੇ ਬਣਾ ਲਏ ਨੇ ਇੱਕ ਦੂਜੇ ਨੂੰ ਅਸੀਂ ਐ ਵਿਆਹ ਵਾਂਗੂ ਦੇਖਦੇ ਆਂ ਵੀ ਯਾਰ ਇਹ ਇਹ ਮੇਰੀਆਂ ਲੱਤਾਂ ਖਿੱਚਦਾ ਮੈਂ ਇਹਦੀਆਂ ਖਿੱਚਾਂ ਇਹ ਮਾੜਾ ਇਹ ਮਿੱਥੋਂ ਅੱਗੇ ਨਾ ਲੰਘ ਜੀ ਇਹ ਮਿੱਥੋਂ ਨਾ ਲੰਘ ਜੀ ਆ ਸਾਡੇ ਸ਼੍ਰੋਮਣੀ ਕਮੇਟੀ ਵਾਲੇ ਤਾਂ ਸਿਰਫ ਬਾਦਲਾਂ ਦਾ ਗੁਣੀ ਕਾਉਂ ਤੇ ਲੱਗੇ ਪੀਟੀਸੀ ਨੂੰ ਬਚਾਉਣ ਤੇ ਲੱਗੇ ਹੋਇਆ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਕਿ ਤੁਸੀਂ ਕਹਿੰਦੇ ਸੀ ਤੁਹਾਡੀ ਲੜਾਈ ਸਿੱਖੀ ਨਾਲ ਨਹੀਂ ਹੈ ਅਕਾਲ ਤਖਤ ਸਾਹਿਬ ਨਾਲ ਨਹੀਂ ਹੈ ਪੀਟੀਸੀ ਨਾਲ ਹੈ ਜੇ ਫਿਰ ਅੱਜ ਸੱਚੇ ਸਿੱਖੋਂ ਤਾਂ ਫਿਰ ਲੜੋ ਲੜਾਈ ਮੋਦੀ ਨਾਲ ਕਿ ਸਾਡੇ ਸਿੰਘਾਂ ਨੂੰ ਕਿਉਂ ਤਮਾਕੂ ਦਿੱਤਾ ਗਿਆ ਕਰੇ ਸਰਕਾਰ ਵਾਈ ਸਰਕਾਰ ਕਰੇ ਜਾਂਚ ਦੀ ਮੰਗ ਤਾਂ ਮੰਨਾਂਗੇ ਵੀ ਯਾਰ ਕੁਝ ਹੈ ਨਹੀਂ ਫਿਰ ਪੀਟੀਸੀ ਦੀ ਆਰਚੋ ਉੱਥੇ ਵੀ ਤੁਸੀਂ ਸਿੱਖਿਆ ਨੂੰ ਖਤਮ ਕਰਨ ਤੇ ਲੱਗੇ ਹੋ ਸਰਕਾਰੀ ਸਿਹਤੇ ਉੱਥੇ ਐਂਟਰੀ ਕਰਨ ਲੱਗੇ ਹੋ ਹਾਂ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਆ ਮੋਦੀ ਦੀ ਆ ਬੀਜੇਪੀ ਦੀ ਸਰਕਾਰ ਆਵੇ ਤੇ ਇਹ ਆ ਕੇ ਆਪਦੇ ਮਨਮਰਜ਼ੀ ਦੇ ਪ੍ਰਧਾਨ ਚੁਣਿਆ ਕਰਨ ਤੇ ਮਨਮਰਜ਼ੀ ਦੇ ਪ੍ਰਧਾਨ ਚੁਣ ਕੇ ਉੱਥੇ ਮਨਮਤਾਂ ਕਰਨ ਮर्यादा ਨੂੰ ਸ਼ਾਇਦ ਤੇ ਰੱਖਣਾ ਹੋ ਹੀ ਰਿਹਾ ਹੈ ਯਾਰ ਸਾਨੂੰ ਤਮਾਕੂ ਉਹ ਵੀ ਸਿੱਖਾਂ ਨੂੰ ਨਾਲੇ ਸਭ ਨੂੰ ਪਤਾ ਹੈ ਕਿਸੇ ਦੇ ਧਰਮ ਧਰਮ ਨੂੰ ਠੇਸ ਪਹਚਾਉਣੀ ਕਿੱਡੀ ਮਾੜੀ ਗੱਲ ਐ ਮੋਦੀ ਨੂੰ ਪਤਾ ਨਹੀਂ ਕਿ ਤਮਾਕੂ ਸਿੱਖਾਂ ਲਈ ਕਿੰਨਾ ਨੁਕਸਾਨਦਾਇਕ ਹੈ ਸਾਡਾ ਗੁਰੂ ਦਾ ਘੋੜਾ ਤੱਕ ਨਹੀਂ ਤਮਾਕੂ ਚ ਵੜਿਆ ਸੀ ਸਾਡੀ ਰਹਿਤ ਮਰਿਆਦਾ ਕੀ ਐ ਕਿ ਮੋਦੀ ਉਹਨਾਂ ਨੂੰ ਪਤਾ ਨਹੀਂ ਕਿ ਇੱਥੋਂ ਦੀ ਸਰਕਾਰ ਨੂੰ ਪਤਾ ਨਹੀਂ ਫਿਰ ਕਿਉਂ ਸਾਡੇ ਨਾਲ ਇਦਾਂ ਤਰਾਸਦੀ ਕੀਤੀ ਜਾਂਦੀ ਐ ਕਿਉਂ ਸਾਡੇ ਨਾਲ ਬਾਰ-ਬਾਰ ਸਾਨੂੰ ਤੋਬੇ ਲਾ ਲਾ ਕੇ ਦੇਖਿਆ ਜਾਂਦਾ ਕਿਉਂ ਬਾਰ-ਬਾਰ ਸਾਡੇ ਤੇ ਹਮਲੇ ਕੀਤੇ ਜਾਂਦੇ ਆ ਬਾਈ ਕੀ ਮਾਰਾ ਕੀਤਾ ਸਿੱਖਾਂ ਨੇ ਦੁਨੀਆ ਦਾ ਦੁਨੀਆ ਦਾ ਢਿੱਡੀ ਭਰਿਆ ਹੋਣਾ ਕਿਸੇ ਗਰੀਬ ਨੂੰ ਦਵਾਈ ਦਵਾਈ ਹੋਣੀ ਹੈ ਕਿਸੇ ਗਰੀਬ ਦੇ ਨਾਲ ਖੜੇ ਹੋਣੇ ਹਨ ਲੰਗਰ ਲਾਏ ਹੋਣੇ ਹਨ ਕਿਸੇ ਕਿਸੇ ਦਾ ਬਿਮਾਰਾ ਨਹੀਂ ਕੀਤਾ ਸਿੱਖਾਂ ਨੇ ਪਰ ਅੱਜ ਅੱਜ ਸਾਨੂੰ ਦੁਨੀਆ ਦੇ ਵਿੱਚ ਇੰਨਾ ਮਾੜਾ ਬਣਾਤਾ ਪਹਿਲਾਂ ਤਾਂ ਜਦੋਂ ਸਾਡੇ ਮੁੰਡੇ ਹਸਾਮ ਭੇਜਿਆ ਨੈਸ਼ਨਲ মিডিਏ ਨੇ ਕੀ ਕੁਝ ਸਾਨੂੰ ਕਿਹਾ ਕੀਨੇ ਕਹਾਇਆ ਆ ਆਮ ਆਦਮੀ ਪਾਰਟੀ ਸਰਕਾਰ ਨੇ ਕਿ ਅੱਜ ਅਸੀਂ ਬਾਵਾ ਕੀ ਦੀ ਕਰਦੇ ਆ ਆਮ ਆਦਮੀ ਪਾਰਟੀ ਸਰਕਾਰ ਦੀ ਭੁੱਲ ਗਿਓ ਉਹ ਕੁਝ ਨੈਸ਼ਨਲ মিডিਆ ਕੀ ਕੁਝ ਬੋਲਿਆ ਸਾਨੂੰ ਇਹ ਕਿਉਂ ਨਹੀਂ ਇੱਕ ਥਾਪੜ ਕੇ ਕਹਿੰਦੇ ਕਿ ਲੈਟਰ ਭਾਵੇਂ 7 ਘੰਟੇ ਆ ਜੇ ਪਰ ਸਾਡੇ ਜਿਹੜੇ ਨੌਜਵਾਨਾਂ ਤੇ ਐਨਐਸਐਲ ਆਇਆ ਉਹ ਤੋੜੋ ਅਸੀਂ 7 ਘੰਟਿਆਂ ਨਾਲ ਸਾਰ ਲਾਂਗੇ ਅਸੀਂ 8 ਘੰਟਿਆਂ ਨਾਲ ਸਾਰ ਲਾਂਗੇ ਪਰ ਯਾਰ ਕਮਾਲ ਹੋ ਗਈ ਹੈ ਬਾਈ ਕਦੇ ਕੋਈ ਸਿੱਖੀ ਦੀ ਤਾਂ ਮੰਗ ਹੀ ਨਹੀਂ ਮੰਗੀ ਬਸ ਵਾ 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 ਕਰੀ ਜਾਣੀ ਹੈ ਮੈਂ 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 ਕਰਨ ਤੋਂ ਬਿਨਾ ਹੋਰ ਕੋਈ ਕੰਮ ਹੀ ਨਹੀਂ ਰਿਹਾ ਯਾਰ ਐਨੇ ਬੁਝਦਿਲ ਹੋ ਜਾਗੇ ਅਈਆਂ ਸਾਡੀਆਂ ਜਮੀਰਾਂ ਮਰ ਜਾਣਗੀਆਂ ਇੰਨਾ ਅਣਖਾਂ ਸਾਡੀਆਂ ਖਤਮ ਹੋ ਜਾਣਗੀਆਂ ਇਹ ਕਦੇ ਸੋਚਿਆ ਨਹੀਂ ਸੀ ਬਹੁਤ ਜਲਦੀ ਸਰਕਾਰਾਂ ਨੇ ਘੁੰਮਣ ਘੇਰੀ ਚ ਪਾ ਲਿਆ ਪਹਿਲਾਂ ਸਾਨੂੰ ਕੁੱਟਦੇ ਐ ਸਾਡੇ ਗਲਾਂ 'ਚ ਤੈਰ ਪਾਉਂਦੇ ਐ ਸਾਡੀਆਂ ਧੀਆ ਭਣਾ ਨਾਲ ਬਲਤਕਾਰ ਕਰਦੇ ਐ ਸਾਡੇ ਨੌਜਵਾਨਾਂ ਤੇ ਐਨਐਸਏ ਲਾਉਂਦੇ ਐ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਐ ਨੌਜਵਾਨਾਂ ਤੇ ਹਿੱਕਾਂ 'ਚ ਗੋਲੀਆਂ ਮਾਰਦੇ ਐ ਬਰਗਾੜੀ ਤੇ ਫਿਰ ਸਾਡੇ ਤੇ ਉਹੀ ਬੰਦੇ ਰਾਜ ਕਰਦੇ ਐ ਬਾਕੀ ਪ੍ਰਭੂ ਤੁਹਾਡੀ ਮਰਜ਼ੀ ਐ ਮੈਂ ਕੋਈ ਬਹਾਲਾ ਵੱਡਾ ਗਿਆਨੀ ਤਾਂ ਨਹੀਂ ਆ ਜਿੱਨਾ ਇੱਕ ਹੈ ਜਮੀਰ ਨੇ ਆਵਾਜ਼ ਦਿੱਤੀ ਕਿ ਬੋਲਣਾ ਚਾਹੀਦਾ ਬੋਲਦੇ ਆ ਉਹ ਮੁੱਦਿਆਂ ਤੇ ਬੋਲਾਂਗੇ ਪਹਿਲਾਂ ਵੀ ਬੋਲੇ ਆ ਤੇ ਅੱਗੇ ਵੀ ਬੋਲਦੇ ਰਹਾਂਗੇ ਅਸੀਂ ਮੈਂ ਕਿਸੇ ਦਾ ਕੋਈ ਨਿੱਜੀ ਵਿਰੋਧੀ ਨਹੀਂ ਆ ਮੇਰੀ ਕੋਈ ਭਗਵੰਤ ਮਾਨ ਨਾਲ ਨਿੱਜੀ ਲੜਾਈ ਨਹੀਂ ਹੈ ਮੇਰੀ ਕਿਸੇ ਹੋਰ ਨਾਲ ਨਿੱਜੀ ਲੜਾਈ ਨਹੀਂ ਹੈ ਮੇਰੀ ਲੜਾਈ ਬਾਈ ਸਿਸਟਮ ਨਾਲ ਹੈ ਤੇ ਜਿਹੜੀ ਮੌਜੂਦਾ ਸਰਕਾਰ ਹੋਊਗੀ ਉਹਨਾਂ ਨਾਲ ਹੈ ਜਿੱਥੇ ਉਹ ਗਲਤ ਹੋ ਗਈ ਤਾਂ ਗਲਤ ਕਹਾਂਗੇ ਪ੍ਰਭੂ ਫਰਮਾਇਆ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੇ ਮੇਰੇ ਬੋਲਾਂ ਨਾਲ ਕਦੇ ਤੁਹਾਡਾ ਦਿਲ ਦੁਖਿਆ ਹੋਵੇ ਵੈਸੇ ਤਾਂ ਮੈਂ ਤੁਹਾਡੇ ਖਿਲਾਫ ਕਦੇ ਬੋਲੇ ਹੀ ਨਹੀਂ ਕਿਉਂਕਿ ਮੈਂ ਸਰਕਾਰ ਦੇ ਖਿਲਾਫ ਬੋਲਦਾ ਉੱਥੇ ਭਾਵੇਂ ਪਹਿਲਾਂ ਕੈਪਟਨ ਆ ਮੁੱਖ ਮੰਤਰੀ ਸੀ ਤੇ ਉਸ ਤੋਂ ਪਹਿਲਾਂ ਬਾਦਲ ਸੀ ਤੇ ਹੁਣ ਭਗਵਾਨ ਸਿੰਘ ਮਾਨ ਹੈ ਮੇਰੀ ਲੜਾਈ ਸਰਕਾਰ ਨਾਲ ਹੈ ਨਾ ਕਿ ਕਿਸੇ ਨਿੱਜੀ ਬੰਦੇ ਨਾਲ ਪਰ ਪਤਾ ਨਹੀਂ ਕਿਉਂ ਬਾਈ ਇਹ ਭਰਾ ਮੇਰੇ ਆਮ ਆਦਮੀ ਪਾਰਟੀ ਵਾਲੇ ਇਹ ਸਮਝਣ ਲੱਗ ਗਏ ਨੇ ਪਤਾ ਨਹੀਂ ਸਾਡੇ ਤੇ ਲਾ ਕੇ ਗੱਲ ਕਹੀ ਜਾ ਰਹੀ ਹੈ ਜੇ ਮੇਰੇ ਬੋਲਾਂ ਨਾਲ ਕਿਸੇ ਦਾ ਦਿਲ ਦੁਖਿਆ ਹੋਵੇ ਤਾਂ ਮੈਂ ਹੱਥ ਜੋੜ ਕੇ ਮਾਫੀ ਚਾਹੁੰਦਾ ਕਿਉਂਕਿ ਮਾਫੀ ਮੰਗਣ ਨਾਲ ਕੋਈ ਨੀਮਾ ਨਹੀਂ ਹੋ ਜਾਂਦਾ ਬਾਈ ਮਾਫੀ ਮੰਗਣ ਵਾਲਾ ਬੰਦਾ ਉੱਚਾ ਹੁੰਦਾ ਜੇ ਕਿਸੇ ਨੂੰ ਕਦੇ ਦੁੱਖ ਹੋਇਆ ਹੋਵੇ ਤੇ ਮੈਂ ਮਾਫੀ ਚਾਹੁੰਨਾ ਪ੍ਰਭੂ ਮਾਫ ਕਰਿਓ ਪਰ ਮੈਂ ਪੰਜਾਬ ਦੀ ਲੜਾਈ ਲੜੂੰਗਾ ਮੈਂ ਪਿੱਛੇ ਨਹੀਂ ਹਟ ਸਕਦਾ ਮੈਂ ਆਪਣੀ ਇੱਕ ਲੈਂ ਬਣਾ ਕੇ ਲੜ ਰਿਹਾ ਸਰਕਾਰ ਦੇ ਨਾਲ ਮੁੱਦੇ ਨੇ ਜਿਹੜੇ ਉਹ ਚੱਕਦੇ ਆ ਉਹ ਬੋਲਦੇ ਆ ਤਾਂ ਜੋ ਹੱਲ ਹੋਣ ਤੇ ਸਾਡੇ ਸਿੱਖ ਭਰਾਵਾਂ ਨੂੰ ਜਿਹੜਾ ਤਮਾਕੂ ਦਿੱਤਾ ਜਾ ਰਿਹਾ ਉਹ ਬੰਦ ਹੋਵੇ ਤੇ ਸਰਕਾਰ ਦੀ ਕੰਨ ਖੋਲਣ ਨਿੱਜੀ ਮੇਰੀ ਲੜਾਈ ਕਿਸੇ ਨਾਲ ਨਹੀਂ ਹੈ ਤੇ ਸਾਰੇ ਜਉਂਦੇ ਵਸਦੇ ਰਹੋ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ